ਗੱਲ ਬਾਤ ਕਰਾਂਗੇ ਅੱਜ ਉਹਨਾਂ ਲੋਕਾਂ ਦੀ ਜੋ ਤੁਹਾਨੂੰ ਝਾਂਸਾ ਦਿੰਦੇ ਨੇ ਨੌਕਰੀ ਦਾ। ਜੀ ਹਾਂ, ਵੱਡੀਆਂ ਗੱਲਾਂ ਵੱਡੇ ਪਰਦੇ ਪਾਸ਼ ਹੋਣਗੇ ਸਾਡੀ ਇਸ ਖਾਸ ਰਿਪੋਰਟ ਦੇ ਨਾਲ। ਕਈ ਐਸੇ ਲੋਕਾਂ ਦੇ ਫੋਨ ਆਏ ਵੀ ਅਸੀਂ ਉੱਥੇ ਫਸ ਗਏ ਹਾਂ। ਸਾਨੂੰ ਬੜੇ ਤਰੀਕੇ ਦੇ ਨਾਲ ਪਹਿਲਾਂ ਬੁਲਾਇਆ ਜਾਂਦਾ ਵੀ ਤੁਹਾਨੂੰ ਨੌਕਰੀ ਦਿੱਤੀ ਜਾਊਗੀ, ਉਸ ਤੋਂ ਬਾਅਦ 40,000 70,000 ਇਸ ਤਰ੍ਹਾਂ ਸਭ ਤੋਂ ਪੈਸੇ ਲੈ ਕੇ ਇਹ ਸਾਰੀ ਸਕੀਮ ਦੇ ਨਾਲ ਮਤਲਬ ਲੋਕਾਂ ਨੂੰ ਲੁੱਟਿਆ ਜਾਂਦਾ। ਹੁਣ ਤੁਸੀਂ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਵੀ ਚਰਚਾ ਬਣੀ, ਅਫਸਰਾਂ ਕੋਲ ਵੀ ਜਾਂਦੇ ਰਹੇ, ਪਰ ਉਹ ਕੰਪਨੀ ਉਸੇ ਤਰ੍ਹਾਂ ਆਪਣੀ ਠੱਗੀ ਦੇ ਪੈਰ ਸਾਰੀ ਬੈਠੀ ਹੈ। ਕੀ ਕਹਿਣਾ ਚਾਹੁੰਦੇ ਹੋ? ਲਾਇਸੈਂਸ ਲੈ ਰੱਖਿਆ ਇਹਨਾਂ ਨੇ ਠੱਗੀ ਦਾ ਜੀ। ਲੋਕ ਜਿਹੜੇ ਨੇ ਇੱਥੇ ਜਿਹੜੇ ਠੱਗੀ ਦੇ ਸ਼ਿਕਾਰ ਹੋਏ ਨੇ ਉਹ ਆਤਮ ਹੱਤਿਆ ਕਰਨ ਤੱਕ ਮਜਬੂਰ ਹੋਏ ਨੇ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਮਰੇ ਕੋਲ ਲੈ ਕੇ। ਕੀ ਨਾਂ ਹੈ? ਸੁਖਜੀਤ ਸਿੰਘ ਜੀ। ਅੱਛਾ, ਉਹ ਤੁਹਾਡੇ ਨਾਲ ਠੱਗੀ ਹੋਈ ਜਾਂ ਤੁਹਾਡੇ ਭਰਾ ਨਾਲ? ਮੇਰੇ ਨਾਲ ਹੋਈ ਹੈ ਜੀ। ਕਿੰਨੇ ਪੈਸੇ ਜੀ? 40,000 ਜੀ। ਅਭੀ ਨਵੋਂ ਜਿਹੜੇ ਲੁਧਿਆਣੇ ਵਾਲੇ ਨੇ? ਹਾਂਜੀ। ਜਦੋਂ ਟ੍ਰੇਨ ਲਾਉਂਦੇ ਆ ਉਹਦੇ ਵਿੱਚ ਚਾਂਦੀ ਦੀ ਚੈਨ, ਬਿਲਕੁਲ ਸੋਨੇ ਦੀ ਮੁੰਦੀ, ਬੁਲਟ ਮੋਟਰਸਾਈਕਲ, ਤਿੰਨ ਬੰਦੇ ਮੈਂਬਰ ਦੋ ਚੈਨ ਬਣਾਓ, ਤੁਹਾਨੂੰ ਬੁਲਟ ਮੋਟਰਸਾਈਕਲ ਮਿਲੂਗਾ, ਮਿਲਦਾ ਕਰਦਾ ਕੁਛ ਵੀ ਨਹੀਂ। ਬੱਚੇ ਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਟਾਰਗੇਟ ਰੱਖ ਦਿੱਤਾ ਜਾਂਦਾ ਹੈ 10,000, 40,000, 70,000। ਤਾਂ ਇਹ ਟਾਰਗੇਟ ਬੰਦੇ ਇਹਨਾਂ ਦੇ ਅੱਗੇ ਰੱਖ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਟਾਰਗੇਟ ਪੂਰਾ ਕਰਨਾ, ਜਾਂ 10,000 ਦਾ ਮਾਲ ਚੁੱਕੋ, ਜਾਂ 40,000 ਦਾ, ਜਾਂ 70,000। ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਜੀ ਮੋਗੇ ਤੋਂ। ਮੋਗੇ ਤੋਂ ਠੀਕ ਠਾਕ ਹੈ ਤੁਹਾਡਾ ਕਿ ਤੁਸੀਂ ਤਾਂ ਠੱਗੇ ਗਏ? ਅਸੀਂ ਵੀ ਠੋਕੀ ਗਏ, ਸਾਡੇ ਪੈਸੇ ਫਸ ਗਏ। ਕਿ ਜਿਹੜੇ ਤਾਂ 12,000 ਭਰਦੇ ਉਹਨਾਂ ਨੂੰ ਇੱਕ ਸਟਾਕ ਹੀ ਦਿੰਦੇ ਆ, ਜਿਹੜੇ 40,000 ਭਰਦੇ ਉਹਨਾਂ ਨੂੰ 4 ਦਿੰਦੇ ਆ। ਅਸੀਂ 12 ਹੀ ਭਰਿਆ ਸੀ। ਅਸੀਂ ਤਾਂ ਤੁਹਾਨੂੰ ਕੀ ਮਿਲਿਆ? ਇੱਕ ਪੈਂਟ ਸ਼ਰਟ ਦਿੱਤੀ, ਤੇ ਇੱਕ ਜੀਨ ਦੀ ਪੈਂਟ ਦਿੱਤੀ, ਇੱਕ ਫਾਰਮਲ ਦਿੱਤੀ। ਨਹੀਂ, ਦਿੱਤੀ ਤਾਂ ਤੁਹਾਨੂੰ ਵੇਚਣ ਲਈ ਹੈ ਨਾ, ਵੀ ਤੁਸੀਂ ਕਮਾਈ ਕਰ ਸਕੋ। ਨਹੀਂ ਸਰ, ਵੇਚਣ ਲਈ ਨਹੀਂ ਦਿੱਤੀ, ਉਹ ਸਾਨੂੰ ਯੂਜ਼ ਕਰਨ ਲਈ ਦਿੱਤੀ ਸੀ। ਕੰਪਨੀ ਠੱਗੀ ਮਾਰਦੇ ਵੀ ਹੁਣ ਪਹਿਲਾਂ ਸਮਝਾਉਂਦੇ, 3 ਕਲਾਸਾਂ ਲਾਉਂਦੇ ਆ ਜੀ, ਉਹਦੇ 'ਚ ਸਮਝਾਉਂਦੇ ਵੀ ਤੁਹਾਡੀ 15,000 18,000 ਸੈਲਰੀ ਹੈਗੀ, ਅਤੇ ਜਦੋਂ 3 ਕਲਾਸਾਂ ਲੱਗ ਜਾਂਦੇ ਦੋਵੇਂ ਪੈਸੇ ਭਰਾਉਂਦੇ ਆ, ਪੈਸੇ ਪੂਸੇ ਭਰਾ ਕੇ ਫਿਰ ਕਹਿੰਦੇ ਆ ਵੀ ਇੱਥੇ ਬੰਦੇ ਜੋੜਨੇ ਪੈਣੇ ਆ। ਜਿਹੜਾ ਬੰਦਾ ਆਪਣਾ ਘਰ ਛੱਡ ਕੇ ਇੱਥੇ ਇੱਕ ਜੌਬ ਕਰਨ ਆਇਆ, ਉਹ ਬੇਚਾਰਾ ਕੋਈ ਘਰੋਂ ਏਡਾ ਕੋਈ ਤਕੜਾ ਤਾਂ ਹੋਏਗਾ ਨੀ, ਮਾਤੜ ਸਾਥੀ ਹੁੰਦੇ ਆ ਸਾਰੇ ਜੀ, ਤੇ ਜਦੋਂ ਉਹ ਆ ਕੇ ਧਾਰ ਫੜ ਕੇ ਬੇਚਾਰਾ ਇੱਥੇ ਆ ਕੇ ਇਹਨਾਂ ਨੂੰ ਪੈਸੇ ਦੇ ਬਹਿੰਦਾ ਆ, ਤੇ ਪੂਰੇ ਕਰਨ ਦੇ ਚੱਕਰ ਦੇ ਵਿੱਚ ਇਹ ਉਹਨੂੰ ਘੁਮਾਈ ਜਾਂਦੇ ਆ, ਘੱਲੂ ਘਾਰਿਆਂ ਚ ਪਾਈ ਰੱਖਦੇ ਆ। ਜੁਆਇਨ ਕਰਾਉਂਦੇ ਆ ਤੁਹਾਡੀ, ਤੁਹਾਨੂੰ ਤਨਖਾਹ ਮਿਲੂਗੀ। ਹੁਣ ਬੇਰੋਜ਼ਗਾਰ ਫਿਰਦੇ ਹੀ 300 ਰੁਪਏ ਦਿਹਾੜੀ ਕਰਦੇ ਆ ਜੀ, ਵੀ ਸਾਨੂੰ ਚੱਲ ਉਹ ਆਉਣ ਲੱਗ ਗਏ। ਬਿਲਕੁਲ, ਉਹਦੇ ਵਿੱਚ ਕੁਛ ਵੀ ਨਹੀਂ, ਸਾਨੂੰ 3 ਦਿਨ ਕਲਾਸਾਂ ਲਵਾ ਕੇ ਉੱਥੇ ਦਿਮਾਗ ਖਰਾਬ ਕਰਤਾ ਜੀ, ਉੱਥੇ ਕੁਛ ਵੀ 40,000 ਰੁਪਇਆ ਭਰਤਾ, ਫਿਰ ਤੂੰ ਪੁੱਛ ਕੇ ਵਿਆਜ ਤੇ ਲੈ ਗਏ। ਦਸੇ ਵਾਲਾ ਪੈਕੇਜ ਲਿਆ ਸੀਗਾ ਮੈਂ, ਅਤੇ ਉਹ 'ਚ ਇੱਕ ਮੁੰਡਾ ਮੇਰੇ ਨਾਲ ਲੱਗਿਆ ਹੋਇਆ ਸੀ, ਨਾ ਮੈਨੂੰ ਉਹਦੇ ਪੈਸੇ ਆਏ ਆ ਕੋਈ, ਉਹਨੇ ਵੀ 2 ਕੁੜੀਆਂ ਲਵਾਈਆਂ ਸੀ, ਨਾ ਉਹਨਾਂ ਦੇ ਉਹਨੂੰ ਪੈਸੇ ਮਿਲੇ ਜੀ। ਕਹਿੰਦੇ ਤਾਂ ਇਹ ਨੇ ਕਿ ਨੌਕਰੀ ਦੇਵਾਂਗੇ, ਪਰ ਆ ਕੇ ਜਦੋਂ ਬੱਚੇ ਤੇ ਵਿਜ਼ਿਟ ਕਰਦੇ ਨੇ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਬਹਿਲਾ ਫੁਸਲਾ ਲੈਂਦੇ ਨੇ, ਅਤੇ ਬਾਅਦ ਵਿੱਚ ਉਹਨਾਂ ਨੂੰ ਟਾਰਗੇਟ ਦੇ ਦਿੱਤਾ ਜਾਂਦਾ। ਕਹਾਂ ਪੇ ਥੇ ਆਪ? ਲੁਧਿਆਣਾ ਮੈਂ। ਹਾਂ ਯਾ ਸਰ, ਮੈਂ ਦਾਖਲ ਸੇ ਆਇਆ ਥਾ ਲੁਧਿਆਣਾ ਮੈਂ। ਕਿਤਨੀ ਦੂਰ ਸੇ ਆਪਕੋ ਕੈਸੇ ਪਤਾ ਚਲਾ ਵੀ ਯਹਾਂ ਪੇ ਬੈਠੇ ਹੈਂ ਜੀ? ਯੇ ਸਰ, ਮੇਰਾ ਇੱਕ ਔਰ ਫਰੈਂਡ ਥਾ, ਉਸਕੇ ਪਾਸ ਮਤਲਬ ਮੈਸੇਜ ਆਇਆ ਥਾ ਇੰਸਟਾ ਪੇ, ਫੇਸਬੁੱਕ ਪੇ, ਕਿ ਆਪ ਇਧਰ ਆਓਗੇ ਤੋ ਆਪਕੋ 18,000 ਰੁਪਏ, ਮਤਲਬ ਕਿ ਵਰਕ ਹੈ, ਆਫਿਸ ਵਰਕ ਹੈ, ਆਪਕੋ ਫਾਈਲੇ ਇਧਰ ਉਧਰ ਰੱਖਣੀ ਹੈ, 18,000 ਰੁਪਏ ਆਪਕੀ ਸੈਲਰੀ ਹੋਗੀ। ਇਹਨਾਂ ਨੇ ਜਿਹੜਾ ਠੱਗੀ ਦਾ ਇਹ ਕੇਂਦਰ ਸੈਂਟਰ ਖੋਲ ਰੱਖਿਆ, ਤਕਰੀਬਨ ਲੁਧਿਆਣੇ ਦੇ ਵਿੱਚ ਸਾਰਿਆਂ ਨੂੰ ਪਤਾ ਲੱਗਿਆ ਹੋਇਆ, ਪੂਰੀ ਸਟੇਟ ਦੇ ਵਿੱਚ ਪਤਾ, ਅਲੱਗ ਅਲੱਗ ਸਟੇਟਾਂ ਦੇ ਵਿੱਚ ਪਤਾ ਹੈ। ਤੇ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਇਹਨਾਂ ਤੇ ਹੁੰਦੀ? ਕਿਉਂਕਿ ਇਹਨਾਂ ਨੇ ਜਿਹੜਾ ਸਿਸਟਮ ਬਣਾ ਰੱਖਿਆ ਉਹ ਇਸ ਤਰੀਕੇ ਦਾ ਬਣਾ ਰੱਖਿਆ ਵੀ ਠੱਗਣੀ ਜਿਹਨੂੰ ਠੱਗੀ ਹੋਣੀ ਹੈ, ਜਿਹਦੇ ਨਾਲ ਉਹਨੂੰ ਬਾਅਦ 'ਚ ਪਤਾ ਲੱਗਦਾ ਮੇਰਾ ਠੱਗੀ ਹੋ। ਮਕਬੂਲ ਜੀ, ਇਹ ਬਹੁਤ ਵੱਡਾ ਸਕੈਮ ਹੈਗਾ ਆ, ਇਹਦੇ ਵਿੱਚ ਕਾਫੀ ਮਤਲਬ ਕਹਿਣ ਦਾ ਮੈਨੂੰ ਲੱਗਦਾ ਜੋ ਇਹਦੇ ਵਿੱਚ ਰਾਜਨੀਤਿਕ ਲੋਕ ਤੇ ਕੁਛ ਅਫਸਰਸ਼ਾਹੀ ਵੀ ਇਹਨਾਂ ਨਾਲ ਇਨਵੋਲਵ ਹੈਗੀ ਆ,
ਜਿਹੜਾ ਕਿ ਅਸੀਂ ਤਾਂ ਬਹੁਤ ਜ਼ੋਰ ਲਾਇਆ ਸੀ, ਇਹਨਾਂ ਦੀਆਂ ਕੰਪਲੇਂਟਾਂ ਵੀ ਕੀਤੀਆਂ ਬੱਚਿਆਂ ਨੂੰ ਨਾਲ ਲਿਜਾ ਕੇ ਸਾਰਾ ਕੁਛ, ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਦੇ ਹੱਥ ਬਹੁਤ ਜ਼ਿਆਦਾ ਮਜ਼ਬੂਤ ਨੇ। ਸਰ ਮੇਰੇ ਕੋਲ ਵੀ ਜੋਬ ਵੀ ਬੋਲਿਆ ਗਿਆ ਤਾਂ ਮੈਂ ਥੋੜ੍ਹੀ ਬੋਲ ਸਕਦਾ, ਤੇਰੇ ਕੋਲ ਜੋਬ ਬੋਲਿਆ ਗਿਆ ਤਾਂ ਜੋਬ ਵੀ ਬੋਲਿਆ ਗਿਆ ਤਾਂ, ਬਟ ਮੈਂ ਐਕਚੁਅਲੀ ਮੈਂ ਆਇਆ ਤਾਂ ਮੈਂ ਪਰਮਾਨੈਂਟ ਕਰਨੇ ਕੇ ਲਈ। ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਕਰਦੇ ਹੋਵੋ ਤੇ ਤੁਸੀਂ ਖੁਦ ਕੰਪਨੀ ਦੀ ਐਡ ਜਾ ਕੇ ਕਿਸੇ ਚੈਨਲ ਤੇ ਜਾਂ ਕਿਸੇ ਫੇਸਬੁੱਕ ਪੇਜ ਦੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦੀ ਐਡ ਲਗਵਾਓ? ਨਹੀਂ, ਇਹ ਕਦੇ ਵੀ ਸੰਭਵ ਨਹੀਂ ਹੈ। ਇਹ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। 500 ਕਿਲੋ ਪੇ ਕਰਦੇ ਆ, ਮੈਂ ਟ੍ਰੇਨਿੰਗ ਲਗਾਈ ਬਟ ਉਨਕੀ ਟ੍ਰੇਨਿੰਗ ਮੈਂ ਜੋ ਠੀਕ ਹੈ ਕੱਪੜੇ ਕੀ ਮਤਲਬ ਐਡ ਕਰਨੀ ਸੀ, ਨੈਸ਼ਨਲ ਪ੍ਰਾਈਡ ਕੀ ਕੰਪਨੀ ਹੈ, ਠੀਕ ਹੈ, ਉਹ ਐਡ ਕਰਨੀ ਸੀ। ਇਹ ਜਿਹੜੇ ਰੂਮ ਦਿੰਦੇ ਨੇ ਕਿਰਾਏ ਤੇ ਕਮਰੇ ਦਿੰਦੇ ਨੇ, ਉਹ ਇਹ ਇਕੱਠੇ ਹੋ ਕੇ ਉਹਨਾਂ ਨੂੰ ਲਾਲਚ ਦੇ ਦਿੰਦੇ ਨੇ ਬੱਚੇ ਕਿ ਹਾਂਜੀ ਵੀ ਅਸੀਂ ਤੁਹਾਡਾ ਕਮਰਾ ਲੈ ਲੈਂਦੇ ਹਾਂ ਇਕੱਠੇ ਹੋ ਕੇ 5-6 ਜਾਣੇ, ਤੇ ਨਾ ਕੋਈ ID ਪਰੂਫ ਲੈਂਦੇ ਆ ਨਾ ਕੁਛ ਲੈਂਦੇ ਆ। ਉਹ ਵੀ ਮੈਂ ਇੱਕ ਕਮਿਸ਼ਨਰ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਸੀ ਵੀ ਇਹ ਕੰਪਨੀ ਦੇ ਵਿੱਚ ਜਿੰਨੇ ਬੱਚੇ ਹੈਗੇ ਨੇ ਵੀ ਉਹ ਜਿੱਥੇ ਜਿੱਥੇ ਕਿਰਾਏ ਤੇ ਰਹਿ ਰਹੇ ਆ, ਕਿਰਪਾ ਕਰਕੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ। ਕਹਾਂ ਸੇ ਹੋ ਆਪ? ਮੈਂ ਜਾਖਲ ਸੇ ਹੀ ਹੂੰ ਸਰ। ਕਬ ਆਏ ਥੇ ਆਪ ਇਨਕੇ ਪਾਸ? ਹਮ ਸਰ 2-4 ਦਿਨ ਹੋਏ ਆ ਅਭੀ ਆਏ ਕੋ ਯਹਾਂ ਪੇ ਆਏ ਕੋ। ਤੇ ਆਪ ਸੇ ਵੀ ਲੈ ਲੀਏ ਪੈਸੇ ਉਹਨੇ? ਵੋ ਤੋ ਸਰ ਇਹ ਐਸੇ ਕਹਿ ਰਹੇ ਥੇ ਨਾ ਕਿ 3000 ਰੁਪਏ ਮਤਲਬ ਕਮਰੇ ਇੱਕ ਮਹੀਨੇ ਦਾ ਕਮਰੇ ਦਾ ਖਰਚਾ ਵਗੈਰਾ ਔਰ ਖਾਣਾ ਪੀਣਾ ਜੋ ਵੀ ਹੈ ਉਸਕਾ ਹੈ। ਨਹੀਂ ਇੱਕ ਮਹੀਨੇ ਕੀ ਫਿਰ ਸੈਲਰੀ ਤੋ ਦੇਂਗੇ ਨਾ ਆਪਕੋ ਵੋ? ਸੈਲਰੀ ਸਰ ਐਸੇ ਹੈ ਇਹ ਅਭੀ 3 ਦਿਨ ਕੀ ਟ੍ਰੇਨਿੰਗ ਲੱਗ ਰਹੀ ਥੀ ਯਹਾਂ ਪੇ, ਕੱਲ ਕੋ ਅਪਰੂਵਲ ਥਾ। ਇਹਨਾਂ ਦੀ ਵੱਡੀਆਂ ਵੱਡੀਆਂ ਐਡ ਲੱਗਦੀਆਂ, ਨੌਕਰੀ ਲਈ ਮਿਲੋ, ਨੌਕਰੀਆਂ ਹੀ ਨੌਕਰੀਆਂ, ਹੁਣ ਘਰ ਬੈਠੇ ਹੋਵੋ ਮਾਲਾ ਮਾਲ, ਇੱਦਾਂ ਦੀਆਂ ਚੀਜ਼ਾਂ ਤੋਂ ਜ਼ਰਾ ਜਿਹਾ ਸਾਵਧਾਨੀ ਵਰਤੋ, ਗੁਰਹੇਜ ਕਰੋ, ਸਮਝ ਨਾਲ ਆਪਣਾ ਕੰਮ ਲਓ। ਇਹਨਾਂ ਦਾ ਕੰਮ ਹੈ ਪੈਸੇ ਤੁਹਾਡੀ ਜੇਬ ਚੋਂ ਕਢਵਾਉਣਾ। ਬਾਕੀ ਇੱਥੇ ਕੇ ਪਤਾ ਲੱਗਦਾ ਵੀ ਫਰੌਡ ਆ। ਕਿਸ ਤਰ੍ਹਾਂ ਫਰੌਡ? ਇਸ ਤਰ੍ਹਾਂ ਜੀ, ਪਹਿਲਾਂ ਬੰਦੇ ਨੂੰ 3 ਦਿਨਾਂ ਦੇ ਵਿੱਚ ਠੀਕ ਹੈ ਉਲਝਾ ਲੈਂਦੇ ਨੇ, ਆਪਦੀਆਂ ਗੱਲਾਂ ਦੇ ਵਿੱਚ ਲਾ ਲੈਂਦੇ ਨੇ, ਠੀਕ ਹੈ ਜੀ, ਗੱਲਾਂ ਦੇ ਵਿੱਚ ਲਾ ਕੇ ਬੰਦੇ ਨੂੰ ਧਮਕਾ ਕੇ ਪੈਸੇ ਭਰਾ ਲੈਂਦੇ ਨੇ ਕਿਰਾਂ, ਵੀ ਚੱਲ ਭਰ ਦਿੰਦਾ ਬੰਦਾ, ਮੈਂ ਵੀ ਚੱਲ ਭਰਤੀ ਜੀ ਇਕੱਠੇ ਕਰਕੇ, ਹੈ ਨਾ, ਮਾਂ ਪਿਓ ਗਰੀਬ ਆ। ਸਰਪੰਚ ਸਾਹਿਬ, ਸਭ ਤੋਂ ਵੱਡੀ ਗੱਲ, ਲੁਧਿਆਣੇ ਦੇ CP ਕਮਿਸ਼ਨਰ ਸਾਹਿਬ ਜਿਨ੍ਹਾਂ ਦੀ ਪੂਰੀ ਪੰਜਾਬ ਨਹੀਂ ਅਲੱਗ ਅਲੱਗ ਸਟੇਟਾਂ 'ਚ ਚਰਚਾ ਹੁੰਦੀ ਹੈ ਇਮਾਨਦਾਰੀ ਦੇ ਤੌਰ 'ਤੇ, ਸਰਕਾਰਾਂ 'ਚ ਵੀ ਭਾਵੇਂ ਕੋਈ ਸਰਕਾਰ ਹੋਵੇ, ਇਹਨਾਂ ਦੀ ਵਰਦੀ ਨੂੰ ਅੱਜ ਤੱਕ ਦਾਗ ਨਹੀਂ ਲੱਗਿਆ, ਤੇ ਲੱਗਦਾ ਨਹੀਂ ਤੁਹਾਨੂੰ ਵੀ ਹੁਣ ਇਹ ਲੁੱਟ ਥੰਮ ਸਕਦੀ ਹੈ ਕਿਸੇ ਤਰ੍ਹਾਂ? ਲੁਧਿਆਣੇ ਦੇ ਜਿਹੜੇ ਸਿੱਧੂ ਸਾਹਿਬ ਨੇ, ਮਨਦੀਪ ਸਿੰਘ ਸਿੱਧੂ ਵੀ ਇਹੀ ਕਰ ਸਕਦੇ ਆ, ਕਿਉਂਕਿ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਸਾਰੀ ਐਕਟੀਵਿਟੀ ਆ ਜਿੱਥੇ ਇਹਨਾਂ ਨੇ ਨੱਥ ਪਾਈ ਆ, ਤੇ ਲੁਧਿਆਣਾ ਕਾਫੀ ਹੱਦ ਤੱਕ ਇਹਨਾਂ ਨੇ ਮਤਲਬ ਕਹਿਣ ਦਾ ਕ੍ਰਾਈਮ ਫ੍ਰੀ ਕਰ ਦਿੱਤਾ ਆ। ਪਰ ਇਹ ਇਹਨਾਂ ਦੇ ਧਿਆਨ ਦੇ ਵਿੱਚ ਜੇ ਕਮਿਸ਼ਨਰ ਸਾਹਿਬ ਦੇ ਲਿਆਇਆ ਜਾਵੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਜਾਂ ਕਿੱਦਾਂ ਕੋਈ ਸਮਾਜ ਸੇਵੀ ਸੰਸਥਾ ਆ ਜਿਹੜੀਆਂ ਉਹ ਇਹ ਇਸ ਚੀਜ਼ ਨੂੰ ਇਹਦਾ ਮੁੱਦਾ ਚੱਕਣ, ਕਿ CP ਸਾਹਿਬ ਦੇ ਜੇ ਧਿਆਨ 'ਚ ਲਿਆਂਦਾ ਜਾਵੇ, ਮੈਨੂੰ ਨਹੀਂ ਲੱਗਦਾ CP ਸਾਹਿਬ ਇਹਨਾਂ ਨੂੰ ਜ਼ਿਆਦਾ ਦੇਰ ਇਹਨਾਂ ਨੂੰ ਠੱਗੀਆਂ ਮਾਰਨ ਦੇਣਗੇ। ਮੈਂ ਕਿਹਾ ਸੀ ਲੁਧਿਆਣੇ ਨੂੰ ਪੁੱਛਿਆ ਸੀ ਉਹਨਾਂ ਨੂੰ, ਮੈਂ ਕਿਹਾ ਚੱਲ ਮੈਨੂੰ ਅੰਦਰ ਜਾ ਕੇ ਦੇਖ ਲੈਣਗੇ ਕੀ ਹਿਸਾਬ ਕਿਤਾਬ, ਮੈਨੂੰ ਪੁੱਛ ਤਾਂ ਲੈਣ ਦਿਓ, ਕਹਿੰਦੇ ਅੰਦਰ ਨਹੀਂ ਜਾਣਾ, ਜਿਵੇਂ ਤੁਹਾਨੂੰ ਕਿਹਾ ਉਹਨੂੰ ਲੈ ਕੇ ਉਹ ਫਿਰ ਜੇ 5000 ਰੁਪਏ ਦਾ ਜਮ੍ਹਾਂ ਕਰਾਓ ਫਿਰ ਤੁਹਾਨੂੰ ਜਾਣ ਦੇਵਾਂਗੇ ਅੰਦਰ ਪਤਾ ਕਰਨ। ਤੇ ਕੰਪਨੀ ਹੈ ਇੱਥੇ ਅਭਿਨਵ 15 ਰੋਡ 'ਤੇ, ਜਿਹਦੇ ਵਿੱਚ ਕਿਸੇ ਸਕੀਮ ਰਹੀ ਜਾਂਦੀ ਹੈ ਠੱਗੀ ਵੀ ਮਾਰਦੇ, ਪਹਿਲਾਂ ਕੁਛ ਹੋਰ ਕਹਿੰਦੇ ਆ ਬੰਦੇ ਨੂੰ, ਜਦੋਂ ਸਾਦੇ ਆ ਗਏ ਫਿਰ ਕੁਛ ਹੋਰ ਕਹਿੰਦੇ ਆ। ਇਹ ਫਰੌਡ ਕੰਪਨੀ ਆ, ਇਹ ਲੋਕਾਂ ਨੂੰ ਐਡ ਦਿੰਦੀ ਆ, ਬਹਿਲਾ ਫਸਲਾ ਕੇ ਬੱਚੇ ਵਿਚਾਰੇ ਐਡ ਪੜ੍ਹਦੇ ਆ, ਹਾਂਜੀ ਨੌਕਰੀ ਆ ਜੀ, ਕਿਸੇ ਨੂੰ 35000 ਮਿਲੂ, ਕਿਸੇ ਨੂੰ 40000 ਮਿਲੂ, ਸੈਲਰੀ ਦੇ ਨਾਂ ਤੇ ਐਡ ਲਾਈ ਹੋਈ ਆ, ਸੈਲਰੀ ਨਾਂ ਦੀ ਕੋਈ ਚੀਜ਼ ਹੈ ਨੀ ਇੱਥੇ, ਇੱਥੇ ਆ ਕੇ ਦੱਸ ਦਿੰਦੇ ਆ ਜਦੋਂ ਬੰਦਾ ਵਿਚਾਰਾ ਐਡਮਿਸ਼ਨ ਬੱਚਾ ਕਰਾ ਲੈਂਦਾ, ਫਿਰ ਉਹਨੂੰ ਕਹਿੰਦੇ ਆ ਜਾ ਕੇ ਭਾਈ ਤੂੰ ਮਾਰਕੀਟਿੰਗ ਕਰ, ਮਾਈਂਡ ਵਾਸ਼ ਕਰ ਦਿੰਦੇ ਆ। ਹਾਂ, ਜਦ ਕਿ ਐਡ ਜਿਹੜੀ ਆ ਉਹ ਸੈਲਰੀ ਦੀ ਦਿੱਤੀ ਹੋਈ ਆ। ਸਤਿ ਸ੍ਰੀ ਅਕਾਲ ਜੀ, ਮੈਂ ਮੋਹਨ ਮਕਬੂਲ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੈਵਨ ਮੀਡੀਆ। ਦੋਸਤੋ, ਗੱਲਬਾਤ ਕਰਾਂਗੇ ਠੱਗੀ ਬਾਰੇ। ਠੱਗੀਆਂ ਅਲੱਗ ਅਲੱਗ ਤਰੀਕੇ ਨਾਲ ਹੁੰਦੀਆਂ ਨੇ, ਅਮੀਰ ਲੋਕਾਂ ਦੀ ਠੱਗੀ,
मध्य वर्ग लोगों नाल ठगी ते एक गरीब लोगों नाल ठगी। कहिंदे ने कि मरे हुए नूं होर मारना, असीं उह मरे हुए नूं होर मारन वाली ठगी की गल करदे आं। लुधियाणा दे विच अभिनवो कंपनी, अभिनवो दे नाँ ते एक ठग सेंटर खोल के बैठे ने अभिनवो कंपनी दे नाँ ते। गारमेंट्स का कहिंदे असीं व्यापार करदे आं, वड्डा नाम बनाई बैठे ने, हजारा सैकड़े इन्हां ने जिहड़े बच्चों नूं लुट लिया, ठग लिया। गरीब बच्चों नूं ऐड दित्ती जांदी है, ऐड भी इस तरीके नाल दित्ती जांदी है भी आप इन्हां ने अपनी सेफ साइड रखी हुई है भी ऐड असीं नहीं दित्ती, साढ़े किसी अगे काम करने वाले ने ऐड दित्ती। ऐड च लिखा है 25 to 30,000 रुपया तक तुहानूं सैलरी मिलेगी, जॉब देवांगे तुहानूं। नौजवान मुंडे कुड़ियां झांसे दे विच आ के लुधियाणे पहुँचते हैं। लुधियाने की गल है, ये भगत सिंह नगर दुगरी के नेड़े उन्हां दा ऑफिस है। 2 साल पहला असीं इन्हां दे खिलाफ़ खबरां चलाईआं सी, हज़ारा लोगों के फोन आए, उन्होंने बचाया भी बचो ये फ्रॉड ने, पर फिर भी इन्हें झांसे चा के हज़ार ही लोग फिर भी फस गए। फसे हुए नाल भी तुहाडे जिहड़े तुसीं ऑडियो सुने ने फसे हुए लोगों के ने, किस तरह फसाया जाता सारा कुछ असीं एक्सपोज करांगे। उस तो बाद बच्चा फसदा 40,000 रुपए की, उस तो एक बार लेंदे ने भी 40,000 रुपए के तैनू आ 4 कपड़े देते है, हुण तां ही वह तरक्की करेगा जे 40,000 के कपड़े लैके 60,000 च बिकणगे। हुण 40,000 का माल है जिहड़ा सिर्फ 2,000 रुपए के सूट ने, उन्होंने 2,000 च भी कोई लैंदा नहीं। वह बच्चा फसदा अगे किवें, ये सब तो वड्डी गल है फसया होया बंदा जिहड़ा ठगी का शिकार हो गया उही होर बंदिआं नूं लिआउंदा, उन्हूं किस तरह फसाया जांदा, किस तरह ठगी मार रहे ने, कौन कौन रले हुए ने, किस तरह ये अज तक बचे चले आ रहे ने, पूरे मामले ते गलबात करन लई मोहन कुमार साढ़े नाल जुड़े ने, शहीद भगत सिंह नगर तो सरपंच साहब, गलबात करदे आ उन्हां दे नाल। मोहन जी सब तो पहला स्वागत है तुहाडा। थैंक यू जी, थैंक यू, धन्यवाद। सारा विशा तुहानूं पता ही है, अभिनवो कंपनी सरपंच साहब, 2-3 साल पहला आपां इस ते खबरां भी चलाईआं, ओही खबरां नूं देख के सैकड़े हजारां दे विच मेरे कोल कॉल आए भी अभिनवो कंपनी की है, ते कई ऐसे लोगों के फोन आए भी असीं उत्थे फस गए हां, सानू बड़े तरीके दे नाल पहला बुलाया जांदा भी तुहानूं नौकरी दित्ती जाऊगी, उस तो बाद 40,000 70,000 इस तरह सब तो पैसे लैके ये सारी स्कीम दे नाल मतलब लोगों नूं लुट्टिया जांदा है। हुण तुसीं उस तो बाद मीडिया दे विच भी चर्चा बनी, अफसरां कोले भी जांदे रहे, पर वह कंपनी उस तरह अपनी ठगी दे पैर सारी बैठी है, की कहना चाहुंदे हो? मैं तो यही कहना चाहना हाँ कि ये जिमें लाइसेंस लिया रखा इन्होंने ठगी का, लोग जिहड़े ने इत्थे जिहड़े ठगी दे शिकार होए ने ओह आत्महत्या करन तक मजबूर होए ने। देखो जिहड़ा मैं मकबूल जी तुहानू इक गल कहना चाहना हाँ ते मैं दर्शकां नू भी कहना चाहना जिहड़ी मेरे इस गल नू सुन रहे आ, देखो जेड़ा बंदा अपना घर छड के इत्थे एक जॉब करन आया उह बेचारा कोई घरों एडा कोई तगड़ा तो होएगा नहीं, मातड़ साथी हुंदे आ सारे जी, जदों ओह आके धार धार फड़ के बेचारा इत्थे आके इन्हां नू पैसे दे बहिंदा आ, पूरे करन दे चक्कर दे विच इह उहनू घुमाई जांदे आ घल्लू घारियां च पाई रखदे आ। इत्थे मैं बच्चियां नू इत्थे इत्थे बच्चियां नू मैं पार्कां दे विच इत्थे देखिया बेचारियां नू खज्जल खराब हुंदे लंगरां तों रोटी खांदे देखिया आ, मतलब कहण दा बहुत इत्थे मैं समझदा कि इह जिहड़ा इन्हां ने कंपनी वालिआं ने बच्चियां नू मैं कहना भी आत्महत्या करन तक मजबूर कीता। नहीं इन्हां ने जिहड़ा ठगी दा इह केंद्र सेंटर खोल रख्या तकरीबन लुधियाणे दे विच ਸਾਰਿਆਂ ਨੂੰ ਪਤਾ ਲੱਗਿਆ ਹੋਇਆ, ਪੂਰੀ ਸਟੇਟ ਦੇ ਵਿੱਚ ਪਤਾ, ਅਲੱਗ ਅਲੱਗ ਸਟੇਟਾਂ ਦੇ ਵਿੱਚ ਪਤਾ ਹੈ, ਤੇ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਇਹਨਾਂ ਤੇ ਹੁੰਦੀ, ਕਿਉਂਕਿ ਇਹਨਾਂ ਨੇ ਜਿਹੜਾ ਸਿਸਟਮ ਬਣਾ ਰੱਖਿਆ ਉਹ ਇਸ ਤਰੀਕੇ ਦਾ ਬਣਾ ਰੱਖਿਆ ਵੀ ਠੱਗਣੀ ਜਿਹਨਾਂ ਨੂੰ ਠੱਗੀ ਹੋਣੀ ਹੈ ਜਿਹਦੇ ਨਾਲ ਉਹਨੂੰ ਬਾਅਦ 'ਚ ਪਤਾ ਲੱਗਦਾ ਮੇਰੇ ਨਾਲ ਠੱਗੀ ਹੋ ਗਈ। ਬਿਲਕੁਲ ਬਿਲਕੁਲ ਮਕਬੂਲ ਜੀ, ਇਹ ਬਹੁਤ ਵੱਡਾ ਸਕੈਮ ਹੈਗਾ ਆ, ਇਹਦੇ ਵਿੱਚ ਕਾਫ਼ੀ ਮਤਲਬ ਕਹਿਣ ਦਾ ਮੈਨੂੰ ਲੱਗਦਾ ਜੋ ਇਹਦੇ ਵਿੱਚ ਰਾਜਨੀਤਿਕ ਲੋਕ ਅਤੇ ਕੁਛ ਅਫਸਰਸ਼ਾਹੀ ਵੀ ਇਹਨਾਂ ਨਾਲ ਇਨਵੋਲਵ ਹੈਗੀ ਆ, ਜਿਹੜਾ ਕਿ ਅਸੀਂ ਤਾਂ ਬਹੁਤ ਜ਼ੋਰ ਲਾਇਆ ਸੀ, ਇਹਨਾਂ ਦੀਆਂ ਕੰਪਲੇਂਟਾਂ ਵੀ ਕੀਤੀਆਂ, ਬੱਚਿਆਂ ਨੂੰ ਨਾਲ ਲਿਜਾ ਕੇ ਸਾਰਾ ਕੁਛ, ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ, ਇਹਨਾਂ ਦੇ ਹੱਥ ਬਹੁਤ ਜ਼ਿਆਦਾ ਮਜ਼ਬੂਤ ਨੇ ਜੀ। ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਸਰਪੰਚ ਸਾਹਿਬ, ਜਦੋਂ ਇਹ ਹੁਣ ਜਿਹੜੀ ਮੇਰੇ ਨਾਲ ਗੱਲਬਾਤ ਉਸ ਤੋਂ ਬਾਅਦ ਵੀ ਲੋਕਾਂ ਦੇ ਫੋਨ ਆਏ, ਉਸ ਸਮੇਂ ਤੇ ਵੀ ਆਪਣੀ ਗੱਲਬਾਤ ਹੋਈ ਸੀ, ਜਿਹੜੇ ਲੋਕ ਠੱਗੇ ਗਏ ਉਹਨਾਂ ਨੂੰ ਕਹਿ ਕੇ ਬੁਲਾਇਆ ਜਾਂਦਾ ਵੀ ਤੁਹਾਨੂੰ ਨੌਕਰੀ ਦਿੱਤੀ ਜਾਊਗੀ, ਉਸ ਤੋਂ ਉਦੋਂ 500 ਰੁਪਈਆ ਟ੍ਰੇਨਿੰਗ ਦਾ ਲੈਂਦੇ ਸੀ, ਹੁਣ ਪਤਾ ਲੱਗਿਆ 2500 ਰੁਪਈਆ ਟ੍ਰੇਨਿੰਗ ਦਾ ਲੈਂਦੇ ਨੇ ਜੀ ਜੀ ਜੀ, ਫਿਰ 40,000 ਰੁਪਈਆ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਇਹ ਕਹਿੰਦੇ ਵੀ ਤੁਸੀਂ ਬਿਜ਼ਨਸ ਕਰੋ ਸਾਡੇ ਲਈ, ਬਿਜ਼ਨਸ ਦੇ ਵਿੱਚ ਕੀ ਆ ਜਿਹੜਾ ਇਹਨਾਂ ਨੇ ਪਰਦਾ ਪਾ ਰੱਖਿਆ ਪ੍ਰਸ਼ਾਸਨ ਦੀਆਂ ਅੱਖਾਂ ਤੇ ਜਾਂ ਪੁਲਿਸ ਦੀਆਂ ਅੱਖਾਂ ਤੇ ਵੀ ਉਹ ਅਸੀਂ ਤਾਂ ਜੀ ਆਪਣਾ ਕੱਪੜਾ ਵੇਚ ਰਹੇ ਹਾਂ।
ਕੱਪੜੇ ਦੇ ਵਿੱਚ ਕੀ ਹੈ, ਚਾਰ ਜੋੜੀਆਂ ਇਹ ਸੂਟ ਦਿੰਦੇ ਨੇ ਜਿਹੜਾ 500 ਰੁਪਏ ਦਾ ਇੱਕ ਸੂਟ ਹੈ। ਜੇ ਦੇਖਿਆ ਜਾਵੇ 40,000 ਚ 2,000 ਦਾ ਕੱਪੜਾ ਦੇਤਾ, 70,000 ਰੁਪਏ ਦੀ ਵੀ ਸਕੀਮ ਹੈ। ਜਦੋਂ ਬੰਦਾ ਕਹਿੰਦਾ ਵੀ ਸਾਤੋਂ ਨੀ ਅੱਗੇ ਕਾਇ ਹੁੰਦੀ ਤਾਂ ਉਹਨੂੰ ਸਕੀਮ ਦਿੰਦੇ ਨੇ ਵੀ ਤੇਰੇ ਪੈਸੇ ਵਾਪਸ ਆ ਜਾਣਗੇ, ਤੂੰ ਹੋਰ ਚਾਰ ਬੰਦੇ ਲਿਆ। ਉਹ ਚਾਰ ਬੰਦੇ 16 ਬੰਦੇ ਲਿਆਉਂਦੇ ਆ, 16 ਬੰਦੇ ਅੱਗੇ ਦੇਖ ਲਓ ਕਿੱਥੇ ਤੱਕ ਗੱਲ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਨੇ ਠੱਗੀ ਦੀ ਚੇਨ ਬਣਾ ਰੱਖੀ ਹੈ ਤੇ ਆਪਣੇ ਬਚਣ ਦਾ ਜ਼ਰੀਆ ਬਣਾ ਰੱਖਿਆ ਵੀ ਅਸੀਂ ਤਾਂ ਬਿਜ਼ਨਸ ਕਰਦੇ ਹਾਂ। ਬਿਲਕੁਲ ਬਿਲਕੁਲ, ਇਹ ਨਾ ਜ਼ਿਆਦਾਤਰ ਮਕਬੂਲ ਜੀ ਇਹ ਲੁਧਿਆਣਾ ਸ਼ਹਿਰ ਤੋਂ ਅਲੱਗ ਜਿਹੜੇ ਦੂਸਰੀਆਂ ਸਟੇਟਾਂ ਤੋਂ ਜਾਂ ਦੂਸਰੇ ਜ਼ਿਲ੍ਹਿਆਂ ਤੋਂ ਆਉਂਦੇ ਨੇ ਨਾ, ਉਹਨਾਂ ਨੂੰ ਸ਼ਿਕਾਰ ਜ਼ਿਆਦਾ ਬਣਾਉਂਦੇ ਨੇ, ਕਿਉਂਕਿ ਫਿਰ ਉਹ ਸੋਚਦੇ ਕਿ ਯਾਰ ਅਸੀਂ ਕੀ ਕਰ ਸਕਦੇ ਹਾਂ, ਹੁਣ ਅਸੀਂ ਅਲੱਗ ਜ਼ਿਲ੍ਹੇ 'ਚ ਬੈਠੇ ਹਾਂ ਤੇ ਅਸੀਂ ਇਹਨਾਂ ਦਾ ਮੁਕਾਬਲਾ ਕਿੱਦਾਂ ਕਰਾਂਗੇ। ਉਹ ਵਿਚਾਰੇ ਥੱਕ ਹਾਰ ਕੇ ਇਹਨਾਂ ਦੀਆਂ ਮਿੰਟ ਤਰਲਾ ਕਰਕੇ ਤੇ ਫਿਰ ਉਹ ਥੱਕ ਹਾਰ ਜਾਂਦੇ ਆ ਵਿਚਾਰੇ, ਕਿਤੇ ਸੁਣਵਾਈ ਨੀ ਹੁੰਦੀ ਉਹਨਾਂ ਦੀ, ਫਿਰ ਉਹ ਵਿਚਾਰੇ ਚਲੇ ਜਾਂਦੇ ਨੇ। ਤੇ ਇਹਨਾਂ ਦਾ ਇਸੇ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਜਾਲ ਆ ਜਿਹੜਾ ਆ ਵੱਧਦਾ ਤੁਰਿਆ ਜਾ ਰਿਹਾ ਹੈ। ਸਰਪੰਚ ਸਾਹਿਬ ਇੱਕ ਗੱਲ ਹੋਰ ਹੈ, ਜਦੋਂ ਕਿਤੇ ਨਾ ਕਿਤੇ ਇਹਨਾਂ ਦੇ ਖਿਲਾਫ਼ ਆਵਾਜ਼ ਉੱਠਦੀ ਹੈ ਤਾਂ ਜਿਹੜੇ ਲੋਕ ਇਹਨਾਂ ਨੇ ਉੱਥੇ ਰੱਖੇ ਹੋਏ ਨੇ ਇਹ ਨੌਜਵਾਨ ਮੁੰਡੇ ਕੁੜੀਆਂ ਨੂੰ ਭਰਮਾਉਣ ਵਾਸਤੇ, ਉਹ ਇਹਨਾਂ ਦੇ ਹੱਕ 'ਚ ਪੋਸਟਾਂ ਪਾਉਂਦੇ ਨੇ ਵੀ ਆਹ ਦੇਖੋ ਸਾਨੂੰ 3.5 ਲੱਖ ਦਾ ਚੈੱਕ ਮਿਲਿਆ। ਹੁਣ ਇੱਕ ਬੰਦੇ ਨੇ ਜੇ ਉੱਥੇ ਇਹਨਾਂ ਦੇ ਕੋਲੇ 2-3 ਕਰੋੜ 4 ਕਰੋੜ ਦੀ ਇੱਕ ਟੀਮ ਨੇ ਠੱਗੀ ਮਰਵਾਤੀ, ਉਹਦੇ ਵਿੱਚੋਂ 3-4 ਲੱਖ ਦਾ ਚੈੱਕ ਤਾਂ ਉਹਨੂੰ ਮਿਲੂਗਾ ਹੀ ਨਾ। ਉੱਥੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਅੱਖਾਂ ਖੋਲ ਕੇ ਦੇਖਣਾ ਚਾਹੀਦਾ ਵੀ ਜਿਹਨੂੰ 3-3.5 ਲੱਖ ਦਾ ਚੈੱਕ ਮਿਲਿਆ ਉਹਨੇ ਕਿੰਨੇ ਕੁ ਲੋਕ ਇਹਨਾਂ ਕੋਲ ਫਸਾਏ ਨੇ ਤੇ ਕੀ ਕਹਿਣਾ ਚਾਹੁੰਦੇ। ਮਕਬੂਲ ਜੀ ਇਹ ਤਾਂ ਮਤਲਬ ਕਹਿਣ ਦਾ ਸਿੱਧਾ ਸਾਦਾ ਜਿਹਾ ਹਿਸਾਬ ਆ। ਹੁਣ ਮੰਨ ਲਓ ਮੈਂ ਜੇ ਕਿਸੇ ਲੋਕਾਂ ਨੂੰ ਨਾਲ ਮੈਂਬਰ ਬਣਾ ਕੇ ਇਹਨਾਂ ਨੂੰ ਜੇ ਮੈਂ ਰੁਪਇਆ 2 ਲੱਖ ਬਣਵਾ ਕੇ ਦੇਤਾ ਮੰਨ ਲਓ, ਤੇ ਜੇ ਉਹਦੇ ਵਿੱਚੋਂ ਮੈਨੂੰ 40,000 ਦੇ ਵੀ ਦਿੱਤਾ, 50,000 ਰੁਪਇਆ, ਤੇ ਉਹ 1.5 ਲੱਖ ਤਾਂ ਫੇਰ ਕਮਾ ਗਏ ਜੀ। 1.5 ਲੱਖ ਤਾਂ ਕਮਾ ਗਏ ਨਾ ਇਹ ਮੇਰੀ, ਮੈਂ ਹੀ ਮਤਲਬ ਕਹਿਣ ਦਾ ਇਕੱਠੇ ਕਰਾ ਕੇ ਦਿੱਤੇ, ਮੈਨੂੰ ਹੀ ਉਹਦੇ ਵਿੱਚੋਂ 50,000 ਦੇਤਾ, 1.5 ਲੱਖ ਇਹ ਜੇਬ ਚ ਪਾ ਗਏ ਜੀ। ਮਤਲਬ ਤੁਹਾਡਾ ਹੀ ਸਿਹਰਾ ਤੇ ਤੁਹਾਡੀਆਂ ਹੀ ਜੁੱਤੀਆਂ ਆ। ਠੀਕ ਹੈ, ਇੱਕ ਸਰਪੰਚ ਸਾਹਿਬ ਸਭ ਤੋਂ ਵੱਡੀ ਗੱਲ ਆਨਲਾਈਨ ਫਰਾਡ ਹੁੰਦਾ ਸਾਰਾ ਕੁਛ ਆਪਾਂ ਦੇਖਿਆ, ਫੋਰਨ ਤੋਂ ਕੌਲਾਂ ਪਾਕਿਸਤਾਨ ਤੋਂ ਆਉਂਦੀਆਂ ਜਾਂ ਕਿਤੋਂ ਅਲੱਗ ਅਲੱਗ ਕੰਟਰੀਆਂ ਚੋਂ ਵੀ ਮੈਂ ਤੇਰੀ ਮਾਸੀ ਦਾ ਮੁੰਡਾ ਬੋਲਦਾ, ਉਹ ਕਿਸੇ ਨਾ ਕਿਸੇ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਸਾਡੇ ਪੰਜਾਬੀ ਨੂੰ ਫਸਾ ਲੈਂਦੇ ਆ। ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਇਹ ਨੈਕਸਸ ਚੱਲ ਰਿਹਾ। ਕਿਸ ਤਰ੍ਹਾਂ ਮੇਰੇ ਕੋਲ ਅੱਜ ਹੀ ਇੱਕ ਕੌਲ ਆਈ ਮਲੇਰਕੋਟਲੇ ਤੋਂ, ਕਹਿੰਦਾ 2-3 ਦਿਨ ਤਾਂ ਮੈਨੂੰ ਇਹਨਾਂ ਨੇ ਜਿੱਦਾਂ ਮੈਂ ਉਹਨਾਂ ਦਾ ਜਵਾਈ ਹੁੰਦਾ ਪ੍ਰਾਹੁਣੇ ਵਾਂਗ ਸੇਵਾ ਕੀਤੀ ਜੀ ਜੀ ਜੀ, ਉਸ ਤੋਂ ਬਾਅਦ 40,000 ਰੁਪਇਆ ਲੈਣ ਤੋਂ ਬਾਅਦ ਅੱਜ ਮੈਂ ਘਰੇ ਬੈਠਾ। ਹੁਣ ਮੈਨੂੰ ਕਹਿੰਦੇ ਵੀ ਤੇਰੀ ਤੂੰ ਫਲਾਣੇ ਤੋਂ ਪੈਸੇ ਲੈ ਲਾ, ਤੇਰੇ ਰਿਸ਼ਤੇਦਾਰਾਂ ਤੋਂ ਪੈਸੇ 40-40 ਹਜ਼ਾਰ ਭਰਵਾ ਦੇ, ਤੇ ਸਕੀਮਾਂ ਵੀ ਆਪ ਹੀ ਦਿੰਦੇ ਨੇ ਵੀ ਪੈਸੇ ਤੁਸੀਂ ਲਿਆਉਣੇ ਕਿਵੇਂ ਨੇ, ਸਾਰੀਆਂ ਸਕੀਮਾਂ ਵੀ ਆਪ ਹੀ ਦਿੰਦੇ ਆ। ਚੈਨਲ ਦੇ ਮਾਧਿਅਮ ਰਾਹੀਂ ਜ਼ਰੂਰ ਦੱਸਣਾ ਚਾਹੁੰਦਾ ਆ ਵੀ ਇਹਨਾਂ ਦਾ ਮੇਨ ਜਿਹੜਾ ਫਸਾਉਂਦੇ ਕਿੱਦਾਂ ਬੰਦੇ ਨੂੰ, ਸ਼ਾਰਟ ਚ ਦੱਸਾਂਗਾ ਜੀ। ਇਹ ਜਦੋਂ ਬੰਦੇ ਨੂੰ ਐਡਮਿਸ਼ਨ ਉਹਦੀ ਕਰਵਾਉਂਦੇ ਆ, ਜਿੰਨੀ ਦੇਰ ਤੱਕ ਉਹਦੀ ਕਲਾਸ ਲੈਂਦੇ ਆ ਉਨੀ ਦੇਰ ਤੱਕ, ਤੁਸੀਂ ਬਿਲਕੁਲ ਸਹੀ ਕਿਹਾ ਆ ਕਿ ਮਤਲਬ ਕਹਿੰਦਾ ਵੀ ਇੱਕ ਜਿਵੇਂ ਦਵਾਈਆਂ ਵਾਲਾ ਬਿਹੇਵ ਨਾ ਕੀਤਾ ਜਾਂਦਾ ਆ ਵੀ ਉਹਨੂੰ ਪਾਣੀ ਵੀ ਮਤਲਬ ਕਹਿੰਦਾ ਉਹ ਮਤਲਬ ਬੈਠੇ ਬਿਠਾਏ ਨੂੰ ਦਿੰਦੇ ਨੇ। ਤੇ ਜਦੋਂ ਮੈਂ ਇਹਨਾਂ ਨੇ ਇੱਕ ਫਾਰਮ ਆ ਇਹਨਾਂ ਕੋਲੇ, ਉਹ ਫਾਰਮ ਸਾਈਨ ਕਰਵਾ ਲੈਂਦੇ ਨੇ, ਉਹਦੇ ਵਿੱਚ ਫਾਰਮ ਚ ਨੀਚੇ ਲਿਖਿਆ ਹੋਇਆ ਆ ਕਿ ਜੇ ਮਤਲਬ ਤੁਸੀਂ ਸਕਿੱਪ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ 10 ਜਾਂ 15 ਦਿਨ ਦਾ ਟਾਈਮ ਆ, ਤੇ ਮੈਨੂੰ ਪ੍ਰੋਪਰਲੀ ਯਾਦ ਨੀ ਆ 10 ਵਾ ਕੇ 15 ਦਿਨ ਇੰਨਾ ਹੀ ਆ, ਤੁਸੀਂ ਸਕਿੱਪ ਕਰ ਸਕਦੇ ਤੇ ਤੁਹਾਨੂੰ ਪੂਰੀ ਪੇਮੈਂਟ ਮਿਲ ਜੂਗੀ। ਉਸੇ ਦਰਮਿਆਨ ਕੀ ਕਰਦੇ ਆ ਇਹ, ਤੁਹਾਡੇ ਅਕਾਊਂਟ ਦੇ ਵਿੱਚ ਮੰਨ ਲਓ 2-4 ਹਜ਼ਾਰ ਰੁਪਇਆ ਪਾ ਦਿੰਦੇ ਆ ਜੀ। ਉਹਦੇ ਨਾਲ ਕੀ ਹੁੰਦਾ, ਬੰਦੇ ਦਾ ਆਸਰਾ ਬਣ ਜਾਂਦਾ ਕਿ ਹਾਂ ਯਾਰ ਆ ਗਏ ਆ ਮੈਨੂੰ ਪੈਸੇ। ਇਹਨਾਂ ਦਾ ਮਕਸਦ ਕੀ ਆ ਕਿ ਉਹ ਜਿਹੜਾ ਅਸੀਂ ਫਾਰਮ ਤੇ ਦਿਨ ਦਿੱਤੇ ਹੋਏ ਆ, ਕਿਸੇ ਤਰੀਕੇ ਉਹ ਦਿਨਾਂ ਤੋਂ ਦਿਨ ਟੱਪ ਜਾਣ ਜੀ, ਤਾਂ ਕਿ ਅਸੀਂ ਕਹਿਣ ਜੋਗੇ ਹੋਈਏ ਕਿ ਹੁਣ ਅਸੀਂ ਪੇਮੈਂਟ ਨਹੀਂ ਦੇਣੀ, ਤੁਹਾਨੂੰ ਅਸੀਂ ਕਿਹਾ ਸੀ ਜੇ ਸਕਿੱਪ ਕਰਨਾ ਤਾਂ ਕਰ ਜੋ। ਉਹ ਇਹ ਦੇਖੋ ਇਹ ਸਿੱਧਾ ਜਿਹਾ ਇੱਕ ਮਤਲਬ ਕਹਿਣ ਦਾ ਠੱਗੀ ਦਾ ਮੈਂ ਸਮਝਦਾ ਵਾਂ, ਜਿਹੜਾ ਸਿੱਧਾ ਜਿਹਾ ਇੱਕ ਇਹਨਾਂ ਨੇ ਰੂਲ ਜਿਹਾ ਬਣਾ ਰੱਖਿਆ। ਉਹਦੇ ਨਾਲ ਅਗਲਾ ਕਹਿੰਦਾ ਯਾਰ ਇਹ ਗੱਲ ਸਹੀ ਆ ਕਿ ਮੈਂ ਹੁਣ ਕੀ ਕਰਾਂ, ਜੇ ਸਕਿੱਪ ਕਰਦੇ ਤਾਂ ਮੈਨੂੰ ਪੂਰੀ ਪੇਮੈਂਟ ਮਿਲ ਜਾਂਦੀ 10 ਦਿਨ ਦੇ ਵਿੱਚ ਵਿੱਚ, ਪਰ ਇਹ ਉਹ ਮਤਲਬ ਕਹਿੰਦਾ ਮਾਹੌਲ ਹੀ ਏਦਾਂ ਦਾ ਤਿਆਰ ਕਰ ਦਿੰਦੇ, ਬੰਦਾ ਸੋਚ ਹੀ ਨੀ ਸਕਦਾ ਵੀ ਮੈਨੂੰ ਏਦਾਂ ਹੋ ਜਾਏਗਾ ਮੇਰੇ ਨਾਲ। ਮੋਹਨ ਜੀ ਤੁਹਾਨੂੰ ਲੱਗਦਾ ਨੀ ਵੀ ਜਿਹੜੇ ਸਾਡੇ ਮਜਬੂਰ ਨੇ, ਸਾਡੇ ਬੱਚੇ ਮਜਬੂਰੀ ਦੇ ਵਿੱਚ ਇਹਨਾਂ ਕੋਲੇ ਫਸਦੇ ਨੇ, ਉਲਟਾ ਉੱਥੇ ਜਾ ਕੇ ਇਹਨਾਂ ਦਾ ਫਿਰ ਸ਼ੋਸ਼ਣ ਸ਼ੁਰੂ ਹੋ ਜਾਂਦਾ? ਬਿਲਕੁਲ 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 ਮਕੂਲ ਜੀ, ਇਹਨਾਂ ਇੱਕ ਹੋਰ ਚੀਜ਼ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਇਹ ਜਿਹੜੇ ਕਈ ਤਾਂ ਏਦਾਂ ਦੇ ਬੱਚੇ ਆ ਜਿਨ੍ਹਾਂ ਦਾ ਕੋਈ ਪ੍ਰੂਫ ਹੀ ਨੀ, ID ਪ੍ਰੂਫ ਵੀ ਉਹ ਕਿੱਥੋਂ ਆਏ ਆ,
ਅਸੀਂ ਆਪ ਅਸੀਂ ਇਹਦੇ ਵਿੱਚ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਅਸੀਂ ਆਪ ਬੜੇ ਪਰੇਸ਼ਾਨ ਹੈਗੇ ਹਾਂ ਕਿਉਂਕਿ ਇੱਥੇ ਲੋਕਾਂ ਨੂੰ ਜਿਹੜੇ ਰੂਮ ਦਿੰਦੇ ਨੇ ਕਿਰਾਏ ਤੇ ਕਮਰੇ ਦਿੰਦੇ ਨੇ ਉਹ ਇਹ ਇਕੱਠੇ ਹੋ ਕੇ ਉਹਨਾਂ ਨੂੰ ਲਾਲਚ ਦੇ ਦਿੰਦੇ ਨੇ ਬੱਚੇ ਕਿ ਹਾਂਜੀ ਵੀ ਅਸੀਂ ਤੁਹਾਡਾ ਕਮਰਾ ਲੈ ਲੈਂਦੇ ਹਾਂ ਇਕੱਠੇ ਹੋ ਕੇ ਪੰਜ ਛੇ ਜਾਣੇ ਤੇ ਨਾ ਕੋਈ ਆਈ ਡੀ ਪਰੂਫ ਲੈਂਦੇ ਆ ਨਾ ਕੁਛ ਲੈਂਦੇ ਆ ਉਹ ਵੀ ਮੈਂ ਇੱਕ ਕਮਿਸ਼ਨਰ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਸੀ ਵੀ ਇਹ ਕੰਪਨੀ ਦੇ ਵਿੱਚ ਜਿੰਨੇ ਬੱਚੇ ਹੈਗੇ ਨੇ ਵੀ ਉਹ ਜਿੱਥੇ ਜਿੱਥੇ ਕਿਰਾਏ ਤੇ ਰਹਿ ਰਹੇ ਆ ਕਿਰਪਾ ਕਰਕੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ। ਇਹ ਤੁਹਾਨੂੰ ਹੁਣ ਬਹੁਤ ਵੱਡੀ ਤੁਸੀਂ ਗੱਲਬਾਤ ਕੀਤੀ ਹੈ, ਇਸ ਕੰਪਨੀ ਦੀ ਆੜ ਦੇ ਵਿੱਚ ਕੋਈ ਨਸ਼ੇ ਦਾ ਕਾਰੋਬਾਰ ਜਾਂ ਕੋਈ ਇਲੀਗਲ ਐਕਟੀਵਿਟੀਜ਼ ਵੀ ਕਰ ਸਕਦੇ ਨੇ ਲੋਕ ਆ ਕੇ? ਬਿਲਕੁਲ ਬਿਲਕੁਲ, ਹੁਣ ਅਸੀਂ ਇਹੀ ਤਾਂ ਕਹਿ ਰਹੇ ਹਾਂ ਕਿ ਇੱਥੇ ਜਿਵੇਂ ਹੁਣ ਕ੍ਰਿਮੀਨਲ ਐਕਟੀਵਿਟੀਆਂ ਹੁੰਦੀਆਂ, ਲੁੱਟਾਂ ਖੋਹਾਂ ਹੁੰਦੀਆਂ ਆ, ਨਸ਼ੇ ਦਾ ਕਾਰੋਬਾਰ ਹੁੰਦਾ ਆ, ਇਹਨਾਂ ਦੇ ਕੋਈ ਐਡਰੈਸ ਪਤਾ ਹੀ ਹੈ ਨੀ ਆ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਹੈ, ਇਹੀ ਕਰਦੇ ਪਏ ਸਾਡੇ, ਸਾਨੂੰ ਤਾਂ ਏਦਾਂ ਹੀ ਲੱਗਦਾ ਵੀ ਇਹੀ ਕਰਦੇ। ਸਰਪੰਚ ਸਾਹਿਬ, ਸਭ ਤੋਂ ਵੱਡੀ ਗੱਲ ਲੁਧਿਆਣੇ ਦੇ ਸੀ ਪੀ ਕਮਿਸ਼ਨਰ ਸਾਹਿਬ ਜਿਨ੍ਹਾਂ ਦੀ ਪੂਰੀ ਪੰਜਾਬ ਨੀ ਅਲੱਗ ਅਲੱਗ ਸਟੇਟਾਂ ਚ ਚਰਚਾ ਹੁੰਦੀ ਹੈ ਇਮਾਨਦਾਰੀ ਦੇ ਤੌਰ ਤੇ, ਸਰਕਾਰਾਂ ਚ ਵੀ ਭਾਵੇਂ ਕੋਈ ਸਰਕਾਰ ਹੋਵੇ ਇਹਨਾਂ ਦੀ ਵਰਦੀ ਨੂੰ ਅੱਜ ਤੱਕ ਦਾਗ ਨੀ ਲੱਗਿਆ, ਤੇ ਲੱਗਦਾ ਨੀ ਤੁਹਾਨੂੰ ਵੀ ਹੁਣ ਇਹ ਲੁੱਟ ਥੰਮ ਸਕਦੀ ਹੈ ਕਿਸੇ ਤਰ੍ਹਾਂ? ਇਹ ਜੇ ਕਰ ਸਕਦੇ ਆ, ਦੇਖੋ ਜੀ ਅਸੀਂ ਤਾਂ ਇਹਦੇ ਵਿੱਚ ਕਾਫੀ ਟਾਈਮ ਹੋ ਗਿਆ ਸਾਨੂੰ ਸੰਘਰਸ਼ ਕਰਦੇ ਨੂੰ, ਇਹ ਜੇ ਕਰ ਸਕਦੇ ਆ ਤਾਂ ਇਹ ਸਾਡੇ ਲੁਧਿਆਣੇ ਦੇ ਜਿਹੜੇ ਸਿੱਧੂ ਸਾਹਿਬ ਨੇ ਮਨਦੀਪ ਸਿੰਘ ਸਿੱਧੂ ਜੀ ਇਹੀ ਕਰ ਸਕਦੇ ਆ, ਕਿਉਂਕਿ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਸਾਰੀ ਐਕਟੀਵਿਟੀ ਆ ਜਿੱਤੇ ਇਹਨਾਂ ਨੇ ਨੱਥ ਪਾਈ ਆ, ਲੁਧਿਆਣਾ ਕਾਫੀ ਹੱਦ ਤੱਕ ਇਹਨਾਂ ਨੇ ਮਤਲਬ ਕਹਿਣ ਦਾ ਕ੍ਰਾਈਮ ਫ੍ਰੀ ਕਰ ਦਿੱਤਾ ਆ, ਪਰ ਇਹ ਇਹਨਾਂ ਦੇ ਧਿਆਨ ਦੇ ਵਿੱਚ ਜੇ ਕਮਿਸ਼ਨਰ ਸਾਹਿਬ ਦੇ ਲਿਆਇਆ ਜਾਵੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਾਂ ਕਿੱਦਾਂ ਕੋਈ ਸਮਾਜ ਸੇਵੀ ਸੰਸਥਾ ਆ ਜਿਹੜੀਆਂ ਉਹ ਇਹ ਇਸ ਚੀਜ਼ ਨੂੰ ਇਹਦਾ ਮੁੱਦਾ ਚੱਕਣ ਤੇ ਸੀ ਪੀ ਸਾਹਿਬ ਦੇ ਜੇ ਧਿਆਨ ਚ ਲਿਆਂਦਾ ਜਾਵੇ, ਮੈਨੂੰ ਨੀ ਲੱਗਦਾ ਸੀ ਪੀ ਸਾਹਿਬ ਇਹਨਾਂ ਨੂੰ ਜ਼ਿਆਦਾ ਦੇਰ ਇਹਨਾਂ ਨੂੰ ਠੱਗੀਆਂ ਮਾਰਨ ਦੇਣਗੇ। ਉਹ ਬੜੇ ਸੰਸੀਅਰ ਅਫਸਰ ਨੇ ਜਿਨ੍ਹਾਂ ਨੇ ਖੱਡਾਂ ਦੇ ਵਿੱਚੋਂ ਠੱਗੀਆਂ ਮਾਰਨ ਵਾਲੇ ਕੱਢ ਲਿਆਂਦੇ, ਜਿਹੜੇ ਅਮੈਰੀਕਾ ਤੱਕ ਲੋਕਾਂ ਨੂੰ ਠੱਗਦੇ ਨੇ ਉਹ ਲੋਕ ਵੀ ਐਕਸਪੋਜ਼ ਕਰਤੇ, ਤੇ ਜਿੱਦਣ ਉਹਨਾਂ ਨੇ ਧਿਆਨ ਚ ਆ ਗਿਆ ਸਾਡਾ ਜ਼ਿੰਮੇਵਾਰੀ ਬਣਦੀ ਹੈ ਮੀਡੀਆ ਦੇ ਜ਼ਰੀਏ ਮੈਂ ਸੀ ਪੀ ਸਾਹਿਬ ਦੇ ਸਿੱਧੂ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਂਗਾ, ਤਾਂ ਇਹ ਠੱਗੀ ਤੇ ਨੱਥ ਪਊਗੀ ਜਿਹੜੇ ਇਹ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਇਹ ਠੱਗ ਕੇ ਬੈਠ ਕੇ ਆਪਣੀਆਂ ਜੇਬਾਂ ਭਰ ਕੇ ਬੈਠੇ ਨੇ, ਮਜਬੂਰੀ ਬਸ ਫਸੇ ਲੋਕਾਂ ਨੂੰ ਲੁੱਟਿਆ, ਇਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਊਗੀ। ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ। ਓਕੇ, ਹੋਰ ਕੁਛ ਤੁਸੀਂ ਜਿਹੜੇ ਇਹਨਾਂ ਦੇ ਝਾਸੇ ਦੇ ਵਿੱਚ ਆ ਕੇ ਫਸਦੇ ਨੇ ਕੋਈ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਉਸ ਏਰੀਏ ਦੇ ਸਰਪੰਚ ਹੋ, ਸਾਰਾ ਕੁਛ ਤੁਸੀਂ ਅੱਖੀ ਦੇਖਿਆ, ਕਈ ਵਾਰੀ ਸਾਡੀਆਂ ਗੱਲਾਂ ਤੇ ਤਾਂ ਲੋਕ ਭਰੋਸਾ ਨਹੀਂ ਕਰਦੇ ਵੀ ਸ਼ਾਇਦ ਮੀਡੀਆ ਵਾਲੇ ਇਹਨਾਂ ਦੇ ਐਂਟੀ ਕੋਈ ਖਬਰ ਚਲਾ ਰਹੇ ਨੇ, ਤੇ ਲੋਕ ਕਹਿੰਦੇ ਨੇ ਵੀ ਬੜੀ ਤਕੜੀ ਕੰਪਨੀ ਹੈ ਚੰਗੀ ਕੰਪਨੀ ਹੈ, ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਦੇਖੋ ਜੀ ਸਾਡੇ ਤਾਂ ਇੱਥੇ ਤੁਸੀਂ ਮੈਨੂੰ ਛੱਡੋ, ਤੁਸੀਂ ਹੋਰ ਪੰਚਾਇਤਾਂ ਦੇ ਜਿਹਨੂੰ ਮਰਜ਼ੀ ਇੱਥੇ ਆ ਕੇ ਮੋਹਦਵਾਰ ਸਰਪੰਚਾਂ ਨੂੰ ਪੁੱਛ ਲਓ, ਇੱਥੇ ਆਉਂਦੇ ਇਹਨਾਂ ਦੀ ਕੰਪਨੀ ਦੇ ਵਿੱਚ ਕੰਮ ਕਰਨਾ ਵਿਚਾਰੇ, ਉਹ ਵਿਚਾਰੇ ਆਪਣੇ ਘਰ ਦੇ ਉਹਨਾਂ ਦੇ ਮਾਂ ਪਿਓ ਆਸਾਂ ਨਾਲ ਭੇਜਦੇ ਵੀ ਸਾਡਾ ਬੱਚਾ ਗਿਆ ਆ ਪੈਸੇ ਕਮਾਉਣ ਕਾਮਯਾਬ ਹੋਣ ਗਿਆ ਆ, ਉਹ ਸ਼ਰਮ ਦੇ ਮਾਰੇ ਵਿਚਾਰੇ ਫਿਰ ਕਿਤੇ ਇੱਥੇ ਕਿਤੇ ਹੋਰ ਪ੍ਰਾਈਵੇਟ ਜੋਬ ਤੇ ਲੱਗ ਜਾਂਦੇ ਆ, ਕਿਉਂਕਿ ਇਹਨਾਂ ਕੋਲੋਂ ਤਾਂ ਇੱਕ ਵਾਰੀ ਪੈਸੇ ਫਸੇ ਵਾਪਸ ਆਉਂਦੇ ਨੀ, ਉਹ ਵਿਚਾਰੇ ਆਪਣੇ ਮਾਂ ਪਿਓ ਨੂੰ ਕੀ ਮੂੰਹ ਦਿਖਾਣਗੇ ਜਾਂ ਕਿਸੇ ਨੇ ਵਿਚਾਰੇ ਨੇ ਕਰਜ਼ਾ ਲੈ ਕੇ ਪੈਸੇ ਦਿੱਤੇ ਹੁੰਦੇ ਆ, ਬਹੁਤ ਸਾਰੇ ਏਦਾਂ ਦੇ ਕੇਸ ਸਾਡੇ ਧਿਆਨ ਚ ਨੇ, ਫਿਰ ਉਹ ਇੱਥੇ ਵਿਚਾਰੇ ਕੰਮ ਮੰਗਦੇ ਫਿਰਦੇ ਆ ਕਿਸੇ ਦੀ ਦੁਕਾਨ ਤੇ ਜਾਂਦੇ ਵੀ ਸਾਨੂੰ ਕੰਮ ਤੇ ਰੱਖ ਲਓ, ਵੀ ਅਸੀਂ ਆਪਣੇ ਮਾਂ ਪਿਓ ਨੂੰ ਅਸੀਂ ਆਪਣੇ ਘਰਦਿਆਂ ਤੋਂ ਉਹਨਾਂ ਨੇ ਕਿਸੇ ਤੋਂ ਉਧਾਰ ਪੈਸੇ ਫੜ ਕੇ ਸਾਨੂੰ ਦਿੱਤੇ ਵੀ ਅਸੀਂ ਉਹ ਕਰਜ਼ਾ ਲਾਉਣਾ ਆ, ਕਿਉਂਕਿ ਇੱਥੇ ਤੁਹਾਨੂੰ ਤੁਸੀਂ ਜੇ ਵਿਜਿਟ ਕਰੋਗੇ ਕੋਈ ਅਫਸਰ ਵਿਜਿਟ ਕਰਨ ਮੈਂ ਮਿਲਵਾ ਦਾਂਗਾ ਉਹਨਾਂ ਨੂੰ ਜੀ, ਬਹੁਤ ਵੱਡਾ ਕਪੜਾ ਹੋ ਰਿਹਾ, ਕੀ ਗੱਲ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਐਮ ਐਲ ਏ ਸਾਹਿਬ ਕੋਈ ਨੀ ਦੇਖ ਰਹੇ? ਬਿਲਕੁਲ, ਐਮ ਐਲ ਏ ਸਾਹਿਬ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ, ਬਿਲਕੁਲ ਇਹ ਤੇ ਗੌਰ ਕਰਨਾ ਚਾਹੀਦਾ, ਇਹ ਜੇ ਐਮ ਐਲ ਏ ਸਾਹਿਬ ਮੈਂ ਸਮਝਦਾ ਵੀ ਉਹਨਾਂ ਦੇ ਹਲਕੇ ਦੇ ਵਿੱਚ ਸਾਡਾ ਜੀਵਨ ਸਿੰਘ ਸੰਘਵਾਲ ਜੀ ਲੱਗਦੇ ਨੇ, ਉਹਨਾਂ ਦੇ ਹਲਕੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਰਿਆਂ ਨਾਲੋਂ ਵੱਡਾ ਕੈਂਪ ਜਿਹੜਾ ਇੱਥੇ ਚੱਲ ਰਿਹਾ, ਲੋਕ ਇੱਥੇ ਸਾਰਿਆਂ ਨਾਲੋਂ ਵੱਧ ਠੱਗੇ ਜਾ ਰਹੇ ਆ ਜੀ। ਲਾਸਟ ਦੇ ਵਿੱਚ ਕੰਪਨੀ ਦਾ ਇੱਕ ਵਾਰ ਲੋਕਾਂ ਨੂੰ ਆਪਣੀ ਤਰਫ ਤੋਂ ਨਾਮ ਜ਼ਰੂਰ ਦੱਸ ਦਿਓ ਵੀ ਕੀ ਤੋਂ ਬਚਣਾ। ਅਭਿਨਵੋ ਕੰਪਨੀ ਹੈ ਜੀ, ਇਹਦੇ ਤੋਂ ਬਚਣਾ ਆ, ਇਹ ਫਰੋਡ ਕੰਪਨੀ ਆ, ਇਹ ਲੋਕਾਂ ਨੂੰ ਐਡ ਦਿੰਦੀ ਆ, ਬਹਿਲਾ ਫਸਲਾ ਕੇ ਬੱਚੇ ਵਿਚਾਰੇ ਐਡ ਪੜ੍ਹਦੇ ਆ, ਹਾਂਜੀ ਨੌਕਰੀ ਆ ਜੀ, ਕਿਸੇ ਨੂੰ 35,000 ਮਿਲੂ, ਕਿਸੇ ਨੂੰ 40,000 ਮਿਲੂ, ਸੈਲਰੀ ਦੇ ਨਾਂ ਤੇ ਐਡ ਲਾਈ ਹੋਈ ਆ, ਸੈਲਰੀ ਨਾਂ ਦੀ ਕੋਈ ਚੀਜ਼ ਹੈ ਨੀ ਇੱਥੇ, ਇੱਥੇ ਆ ਕੇ ਦੱਸ ਦਿੰਦੇ ਆ, ਜਦੋਂ ਬੰਦਾ ਵਿਚਾਰਾ ਐਡਮਿਸ਼ਨ ਬੱਚਾ ਕਰਾ ਲੈਂਦਾ ਫਿਰ ਉਹਨੂੰ ਕਹਿੰਦੇ ਜਾ ਕੇ ਭਾਈ ਤੂੰ ਮਾਰਕੀਟਿੰਗ ਕਰ, ਮਾਈਂਡ ਵਾਸ਼ ਕਰ ਦਿੰਦੇ ਆ,
ਜਦਕਿ ਐਡ ਜਿਹੜੀ ਆ ਉਹ ਸੈਲਰੀ ਦੀ ਦਿੱਤੀ ਹੋਈ ਆ। ਸਭ ਤੋਂ ਵੱਡੀ ਜਿਹੜੇ ਸਾਨੂੰ ਦੇਖ ਰਹੇ ਨੇ ਨੌਜਵਾਨ ਮੁੰਡੇ ਕਿਹੜੇ ਉਹਨੂੰ ਦੱਸਦੀ ਆ ਵੀ ਜਿਹੜੀ ਐਡ ਹੈ ਉਹ ਐਡ ਇਹਨਾਂ ਵੱਲੋਂ ਹੀ ਲਵਾਈ ਜਾਂਦੀ ਆ, ਪਰ ਜਦੋਂ ਤੁਸੀਂ ਉੱਥੇ ਗੱਲ ਕਰੋਗੇ ਮੁੱਕਰ ਜਾਣਗੇ ਵੀ ਸਾਡੀ ਨੀ ਲਵਾਈ ਹੋਈ, ਇਹ ਸਾਡੇ ਅੱਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੀ ਐਡ ਲਵਾਈ ਹੋਈ ਆ। ਹਰ ਤਰਫ ਨੂੰ ਆਪਣੇ ਬਚਣ ਵਾਸਤੇ ਇਹਨਾਂ ਨੇ ਰਸਤਾ ਰੱਖਿਆ ਹੋਇਆ। ਬਿਲਕੁਲ 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 ਬਿਲਕੁਲ, ਗੱਲਬਾਤ ਕਰ ਲਈ, ਸ਼ੁਕਰੀਆ ਸਰਪੰਚ ਸਾਹਿਬ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਅਭਿਨਵ ਕੰਪਨੀ ਬਾਰੇ ਉਸ ਏਰੀਏ ਦੇ ਧਾਂਦਰਾ ਜੋ ਲੁਧਿਆਣੇ ਦੇ ਵਿੱਚ ਦੁਗਰੀ ਦੇ ਨੇੜੇ, ਉੱਥੋਂ ਦੇ ਸਰਪੰਚ ਮੋਹਨ ਸਿੰਘ ਨਾਲ ਗੱਲਬਾਤ ਕੀਤੀ ਹੈ। ਪੂਰਾ ਮਸਲਾ ਤੁਸੀਂ ਦੇਖ ਹੀ ਲਿਆ ਵੀ ਕਿੰਨੇ ਸਾਲਾਂ ਤੋਂ ਇਹ ਪਹਿਲਾਂ ਲੁਧਿਆਣੇ ਤੋਂ ਪਹਿਲਾਂ ਇਹ ਚੰਡੀਗੜ੍ਹ ਦੇ ਵਿੱਚੋਂ ਭੱਜੇ ਸੀ, ਜਾਂ ਹੋ ਸਕਦਾ ਹਲੇ ਵੀ ਆਫਿਸ ਹੋਵੇ, ਕਿਸ ਤਰ੍ਹਾਂ ਦੇ ਆਫਿਸ ਚੱਲਦੇ ਨੇ, ਸਾਰਾ ਲੈਣ ਦੇਣ ਕਿਸ ਤਰ੍ਹਾਂ ਧਕਾਏ ਨਾਲ ਚੱਲਦਾ ਤਾਂ ਸਾਰਾ ਤੁਹਾਨੂੰ ਪਤਾ ਹੀ ਹੈ। ਸੈਂਕੜੇ ਅਰਜ਼ੀ ਇਹਨਾਂ ਦੇ ਖਿਲਾਫ਼ ਗਈਆਂ ਹੋਈਆਂ ਨੇ, ਪਰ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਬਚਣ ਵਾਸਤੇ ਜਿਹੜੇ ਬਚਾਓ ਕੀਤੇ ਹੋਏ ਨੇ, ਇਹ ਸਾਡੇ ਕਾਨੂੰਨ ਨਾਲ ਵੀ ਖੇਡ ਰਹੇ ਨੇ। ਇੱਕ ਫਾਰਮ ਭਰਿਆ ਜਾਂਦਾ, ਫਾਰਮ ਦੇ ਵਿੱਚ ਸਾਰੀਆਂ ਫਾਰਮੈਲਿਟੀ ਇਹਨਾਂ ਦੀਆਂ ਆਪਣੇ ਹੱਕ ਦੀਆਂ ਹੁੰਦੀਆਂ ਨੇ। ਕੰਪਨੀ ਰਜਿਸਟਰਡ ਕਰਾਉਣ ਨੂੰ ਕੀ ਹੈ, ਭਾਵੇਂ ਤੁਸੀਂ ਕਰਾ ਲਓ ਭਾਵੇਂ ਮੈਂ ਕਰਾ ਲਾਂ, ਉਸ ਕੰਪਨੀ ਦੇ ਵਿੱਚ ਕੰਮ ਅਸੀਂ ਕਿਸ ਤਰ੍ਹਾਂ ਦਾ ਕਰ ਰਹੇ ਹਾਂ ਉਹ ਦੇਖਣ ਵਾਲੀ ਗੱਲ ਹੈ। ਇਸੇ ਤਰ੍ਹਾਂ ਇਹਨਾਂ ਨੇ ਇੱਕ ਕੰਪਨੀ ਬਣਾ ਲਈ ਹੈ, ਕੰਪਨੀ ਦੇ ਵਿੱਚ ਇਹ ਗਾਰਮੈਂਟਸ ਦਾ ਕੰਮ ਕਹਿੰਦੇ ਅਸੀਂ ਕਰਦੇ ਹਾਂ। ਗਾਰਮੈਂਟਸ ਦੀ ਸਾਡੀ ਫੈਕਟਰੀਆਂ ਲੱਗੀਆਂ ਹੋਈਆਂ ਨੇ, ਜਦੋਂ ਕੋਈ ਬੰਦਾ ਜਾਂਦਾ ਪਹਿਲਾਂ ਉਹਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਪੈਸੇ ਲਏ ਜਾਂਦੇ ਨੇ, ਫਿਰ ਮੈਂਡ ਵਾਸ਼ ਕਰਕੇ ਉਹ ਤੋਂ 40,000 ਰੁਪਇਆ 70,000 ਇਸ ਤਰ੍ਹਾਂ ਇਹਨਾਂ ਨੇ ਰੇਟ ਰੱਖਿਆ ਹੋਇਆ। 4 ਸੂਟ ਦਿੱਤੇ ਜਾਂਦੇ ਨੇ ਵੀ ਹੁਣ ਤੂੰ ਇਹ ਵੇਚ ਲੈ, ਉਹ ਸੂਟ ਤੁਸੀਂ ਵੇਚ ਕੇ ਦਿਖਾਓ, ਜੇ 2,000 ਰੁਪਏ ਦੇ ਵੀ ਵੇਚਤੇ ਤਾਂ ਬਹੁਤ ਵੱਡੀ ਗੱਲ ਹੈ। ਤਾਂ 40,000 ਰੁਪਇਆ ਲਾ ਕੇ ਜੇ ਕੋਈ ਉਹ ਕੱਪੜੇ ਨੂੰ 60,000 ਚ ਵੇਚੇ ਤਾਂ ਉਹਨੂੰ ਫਾਇਦਾ ਹੋ ਸਕਦਾ, ਜਾਂ 50,000 ਚ ਵੇਚੇ ਤਾਂ ਫਾਇਦਾ ਹੋ ਸਕਦਾ। ਹੁਣ 40,000 ਦੇ ਸੂਟ ਜਦੋਂ 2,000 ਚ ਨਹੀਂ ਵਿਕਦੇ ਤਾਂ 38,000 ਰੁਪਇਆ ਮੁਨਾਫਾ ਇੱਕ ਬੱਚੇ ਮਗਰ ਇਹਨੂੰ ਮਿਲਦਾ। ਜਦੋਂ ਉਹੀ ਸਾਰਾ ਕੁਛ ਐਕਸਪੋਜ ਹੋ ਜਾਂਦਾ, ਬੱਚਾ ਆਪਣੇ ਪੈਸੇ ਮੰਗਦਾ, ਉਦੋਂ ਤੱਕ ਸਮਾਂ ਬੀਤ ਚੁੱਕਿਆ ਹੁੰਦਾ ਵੀ 15-20 ਦਿਨ ਜਿਹੜੇ ਤੁਹਾਡੇ ਸੀ ਉਹ ਨਿਕਲ ਚੁੱਕੇ ਨੇ। ਹੁਣ ਤੁਸੀਂ ਫਿਰ ਉਹਨੂੰ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਵੀ ਹੁਣ ਤੁਸੀਂ ਹੋਰ ਬੰਦੇ ਲਿਆਓ, ਉਹਦੇ ਵਿੱਚੋਂ ਤੁਹਾਨੂੰ ਕਮਿਸ਼ਨ ਦਿੱਤਾ ਜਾਊਗਾ। ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਵਿੱਚ ਫਸਣ ਵਾਲਾ ਜਿਹੜਾ ਠੱਗਿਆ ਗਿਆ ਉਹੀ ਅੱਗੇ ਅੱਗੇ ਠੱਗੀਆਂ ਮਰਵਾਉਂਦਾ, ਇਹ ਸੋਚਣ ਵਾਲੀ ਗੱਲ ਹੈ। ਪੂਰਾ ਜਿਹੜਾ ਮਸਲਾ ਸੀ, ਅਸੀਂ ਚਾਹੁੰਦੇ ਹਾਂ ਸੀਪੀ ਸਾਹਿਬ ਦੇ ਧਿਆਨ 'ਚ ਜਾਵੇ, ਜੋ ਸਿੱਧੂ ਸਾਹਿਬ ਨੇ ਇਮਾਨਦਾਰੀ ਦੀ ਮਿਸਾਲ ਉਹਨੇ ਕਾਇਮ ਕੀਤੀ ਹੈ, ਅਤੇ ਉਹੀ ਨੇ ਜਿਹੜੇ ਲੋਕਾਂ ਨੂੰ ਭਰੋਸਾ ਵੀ ਇਹਨਾਂ 'ਤੇ ਨੱਥ ਪਾ ਸਕਦੇ ਹੈ। ਜਦੋਂ ਥਾਣੇ ਜਾ ਕੇ ਇਹਨਾਂ ਦੀ ਰਿਪੇਅਰ ਹੋਈ, ਜੋ ਪੁਲਿਸ ਦੇ ਤਰੀਕੇ ਨਾਲ ਸਾਰੇ ਹੱਥਕੰਡੇ ਅਪਣਾਏ ਜਾਂਦੇ ਨੇ, ਤਾਂ ਇਕੱਲੀ ਇਕੱਲੀ ਗੱਲ ਹੈ ਜਿਹੜੀ ਸਾਹਮਣੇ ਆਜੂਗੀ। ਇਹ ਮੀਡੀਆ ਨੂੰ ਵੀ ਡਰਾਉਂਦੇ ਨੇ ਵੀ ਤੁਹਾਡੇ 'ਤੇ ਅਸੀਂ ਕੋਰਟ ਦੇ ਵਿੱਚ ਪਾ ਦਾਂਗੇ ਜਾਂ ਡੈਫਰਾਮੇਸ਼ਨ ਪਾ ਦਾਂਗੇ, ਉਹ ਸਾਰਾ ਕੁਛ ਹੀ ਇਹ ਮੀਡੀਆ ਨਾਲ ਵੀ ਕਰਦੇ ਨੇ। ਇਸੇ ਕਰਕੇ ਕਈ ਮੀਡੀਆ ਵਾਲੇ ਇਹਨਾਂ 'ਤੇ ਆਵਾਜ਼ ਨਹੀਂ ਚੁੱਕਦੇ, ਕਿਉਂਕਿ ਡਾਕੂਮੈਂਟਰੀ ਦੇ ਹਿਸਾਬ ਨਾਲ ਇਹ ਸੱਚੇ ਬਣੇ ਹੋਏ ਨੇ ਹੁਣ। ਪਰ ਸੱਚ ਝੂਠ ਦਿਖਾਉਣਾ ਸਾਡਾ ਫਰਜ਼ ਹੈ, ਇਸੇ ਲਈ ਈਵਨ ਮੀਡੀਆ ਸ਼ਬਦਾਂ ਦੀ ਤਾਕਤ ਹੈ, ਜਿਹੜਾ ਉਹ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿੰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਸ ਤਰ੍ਹਾਂ ਤੁਸੀਂ ਆਡੀਓ ਔਰ ਵੀਡੀਓ ਠੱਗੇ ਹੋਏ ਲੋਕਾਂ ਦੀਆਂ ਦੇਖੀਆਂ ਨੇ, ਸੁਣੀਆਂ ਨੇ, ਅਸੀਂ ਆਸ ਰੱਖਦੇ ਹਾਂ ਵੀ ਉਦੋਂ ਤੱਕ ਇਹ ਐਪੀਸੋਡ ਤੋਂ ਬਾਅਦ ਸਿੱਧੂ ਸਾਹਿਬ 'ਤੇ ਕਾਰਵਾਈ ਇਹਨਾਂ 'ਤੇ ਬੰਦ ਜ਼ਰੂਰ ਕਰਨਗੇ ਇਹਨਾਂ ਨੂੰ, ਅਤੇ ਜੇਲ੍ਹਾਂ ਦੇ ਵਿੱਚ ਇਹਨਾਂ ਨੂੰ 100% ਪਹੁੰਚਾਉਣਗੇ।